ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪੋਸਟ ਆਫਿਸ ਵੱਲੋਂ ਆਈ ਨਵੀਂ ਸਕੀਮ, 100 ਰੁਪਏ ਭਰਨ ਤੇ ਮਿਲਣਗੇ 16 ਲੱਖ, ਸੋ ਵੱਡੀ ਖਬਰ ਆ। ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸੋ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਲਈ ਆਏ ਦਿਨ ਕੋਈ ਨਾ ਕੋਈ ਨਵੀਂ ਸਕੀਮ ਜਾਂ ਨਵੀਂ ਸਹੂਲਤ ਲੈ ਕੇ ਆ ਰਹੀ ਆ, ਜਿਸ ਦੇ ਨਾਲ ਆਮ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਲਾਭ ਮਿਲ ਸਕੇ। ਇਸ ਕਰਕੇ ਅੱਜ ਇਸ ਸਕੀਮ ਆਈ ਆ ਜਿਸ ਬਾਰੇ ਚਾਨਣਾ ਪਾਇਆ ਜਾ ਰਿਹਾ ਜੀ। 100 ਰੁਪਏ ਲਾ ਕੇ ਤੁਸੀਂ ਲੱਖਾਂ ਕਮਾ ਸਕਦੇ ਹੋ, ਦੱਸਿਆ ਜਾ ਰਿਹਾ ਕਿ ਕੋਈ ਐਸੀ ਵੈਸੀ ਸਕੀਮ ਨਹੀਂ, ਇਹ ਸਕੀਮ ਪੋਸਟ ਆਫਿਸ ਵਾਲਿਆਂ ਦੀ ਆ, ਜਿੱਥੇ ਜਾ ਕੇ ਤੁਸੀਂ 100 ਰੁਪਏ ਦੇਣੇ ਹਨ। ਹਾਲਾਂਕਿ ਪਹਿਲਾਂ ਬੜੇ ਲੋਕ ਪੋਸਟ ਆਫਿਸ ਦੀਆਂ ਸਕੀਮਾਂ ਦਾ ਲਾਭ ਉਠਾਉਂਦੇ ਸੀ, ਪਰ ਜਿਸ ਤਰ੍ਹਾਂ ਨਾਲ ਹਾਈਟੈਕ ਜ਼ਮਾਨਾ ਹੋ ਗਿਆ, ਲੋਕ ਬਹੁਤ ਘੱਟ ਪੋਸਟ ਆਫਿਸ ਜਾਣਾ ਚਾਹੁੰਦੇ ਨੇ ਅਤੇ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਨਹੀਂ ਹੁੰਦੇ। ਇਸ ਸਕੀਮ ਦੇ ਤਹਿਤ ਤੁਸੀਂ ਪੈਸਾ ਲਾ ਸਕਦੇ ਹੋ ਜਿੱਥੇ ਤੁਹਾਨੂੰ ਬੜਾ ਫਾਇਦਾ ਮਿਲੇਗਾ। ਦੱਸਿਆ ਜਾ ਰਿਹਾ ਕਿ ਕਮਾਈ ਹੋਈ ਰਾਸ਼ੀ ਦੇ ਵਿੱਚੋਂ ਸਿਰਫ 100 ਰੁਪਏ ਇਨਵੈਸਟ ਕਰਨਾ, ਜਿਸ ਦੇ ਬਾਅਦ ਲੱਖਾਂ ਦਾ ਲਾਭ ਉਠਾਇਆ ਜਾ ਸਕਦਾ ਜੀ। ਮੋਦੀ ਸਰਕਾਰ ਦਾ ਐਲਾਨ ਕਰਿਆ ਤਾਂ ਜੋ ਬਜ਼ੁਰਗ ਉਮਰ ਦਾ ਸਮਾਂ ਤੁਸੀਂ ਇਹਨਾਂ ਪੈਸਿਆਂ ਨੂੰ ਆਸਾਨੀ ਨਾਲ ਕਢਾ ਸਕਦੇ ਹੋ। ਇੱਕ ਤਰ੍ਹਾਂ ਦੇ ਨਾਲ ਲੋਕਾਂ ਦਾ ਫਾਇਦਾ ਕਰਨ ਵਾਲੀ ਸਕੀਮ ਹੈ ਦੋਸਤੋ। ਜ਼ਿਆਦਾ ਜਾਣਕਾਰੀ ਲਈ ਚੈਨਲ 'ਤੇ ਪਾਈ